ਸਾਰੋਂ ਪੰਦੇਰ ਕਕਰਾਲਾ ਕਾਲੇ ਕਿਆਲ ਵਿਖੇ ਅਨੇਕਾਂ ਗੁਰਸਥਾਨਾਂ ਦੇ ਵਿਦਿਆਰਥੀਆਂ ਨੂੰ ਗੁਰਮਤ ਕੀਰਤਨ ਹਾਰਮੋਨੀਅਮ ਅਤੇ ਤਬਲਾ ਸਿਖਾ ਰਹੇ ਹਨ। ਹੁਣ ਤੱਕ ਹਜ਼ਾਰਾਂ ਵਿਦਿਆਰਥੀ ਆਪ ਜੀ ਪਾਸੋਂ ਕੀਰਤਨ ਸਿੱਖ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਅਤੇ ਸ੍ਰੀ ਤਖ਼ਤ ਸਾਹਿਬਾਨ ਉੱਪਰ ਅਤੇ ਗੁਰੂ ਘਰਾਂ ਵਿੱਚ ਗੁਰਬਾਣੀ ਕੀਰਤਨ ਰਾਹੀਂ ਗੁਰਸਿੱਖ ਸੰਗਤਾਂ ਦੀ ਸੇਵਾ ਕਰ ਰਹੇ ਹਨ। ਅੱਜ ਸੱਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਸੁੱਚਾ ਸਿੰਘ ਜੀ ਬਾਨੀ ਜੋਤੀ ਟਕਸਾਲ ਵੱਲੋਂ ਗੁਰਮਤਿ ਸੰਗੀਤ ਦੇ ਪ੍ਰਚਾਰ ਲਈ ਅਮਰਪੇ ਕਾਰਜਾਂ ਅਧੀਨ 31ਵੇਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਵਿੱਚ ਆਪ ਜੀ ਦੀਆਂ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਕੀਤੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ 11 ਦਸੰਬਰ 2022 ਨੂੰ ਗੁਰਦੁਆਰਾ ਗੁਰੂ ਗਿਆਨ ਪ੍ਰਕਾਸ਼ ਜੋਤੀ ਟਕਸਾਲ ਵਿਖੇ ਗੁਰਮਤਿ ਸੰਗੀਤ ਅਵਾਰਡ ਨਾਲ ਸਨਮਾਨਿਤ ਕਰਨ ਦੀ ਪ੍ਰਸ਼ੰਸਾ ਲੈ ਰਹੇ ਹਨ। ਗੁਰੂ ਚਰਨਾਂ ਵਿੱਚ ਅਰਦਾਸ ਹੈ ਕਿ ਸਤਿਗੁਰੂ ਜੀ ਆਪ ਜੀ ਨੂੰ ਸਿਹਤ ਜਾਬੀ ਅਤੇ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਾਂ ਕਿ ਆਪ ਜੀ ਇਸੇ ਤਰ੍ਹਾਂ ਗੁਰਮਤਿ ਸੰਗੀਤ ਦੀ ਸੇਵਾ ਕਰਦਿਆਂ ਵਿਦਿਆਰਥੀਆਂ ਨੂੰ ਗੁਰੂ ਚਰਨਾਂ ਨਾਲ ਜੋੜਦੇ ਰਹੋ। ਗੁਰੂ ਪੰਥ ਦਾ ਦਾਸ ਅਮੀਰ ਸਿੰਘ, ਸੰਤ ਬਾਬਾ ਅਮੀਰ ਸਿੰਘ ਮੁਖੀ ਜੋਤੀ ਟਕਸਾਲ ਲੁਧਿਆਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਉਡੈਣ ਵਾਲੇ ਮਹਾਂਪੁਰਖਾਂ ਦਾ ਸਨਮਾਨ ਕੀਤਾ ਗਿਆ ਹੈ ਜੀ।
ज्ञानी चंद सिंह जी कोरा साहब बोले सोल हाल। ज्ञानी जी गुरुआ ने बहुत लंबा समा जो धन श्री हरगोबिंद सच्चे पातशाह जी ने मोले दाद बख्शिश की सतगुरां की बेअंत बख्शिश है ते पंथ ने भी बहुत ज्यादा इन्हों मान सम्मान दिता है ते अज ज्वलती प्रसाद इन्हों नू सम्मान करके भी ते उत्ते उस्ताद भाई राज सिंह जी इन्हां दीआं सेवावां नू देखदिआं होइआं क्योंकि उन्हां ने भी अपना बहुत लंबा समा तकरीबन अपना सारा जीवन ही गुरमत संगीत ते प्रचार विच सारा जीवन ला दिता ते अज भी भावें शरीर थोड़ा बिरत हो चुका पर फिर भी सतगुरां दी कृपा दे नाल अज भी अनेक विद्यार्थियों ਉਹ ਗੁਰਮੁਖ ਸੰਗੀਤ ਦੀ ਤਾਲੀਮ ਦੇ ਰਹੇ ਆ ਸੋ ਉਹਨਾਂ ਨੂੰ ਸਨਮਾਨ ਦੇ ਕਰਕੇ ਜਲਦੀ ਪ੍ਰਸਾਦ ਸੰਤ ਬਾਬਾ ਅਮਰ ਸਿੰਘ ਜੀ ਇਹ ਅਸੀਂ ਮਾਨ ਪ੍ਰਾਪਤ ਕਰ ਰਹੇ ਹਾਂ ਸੋ ਬਹੁਤ ਬਹੁਤ ਧੰਨਵਾਦ ਹੈ ਸਿੰਘ ਸਾਹਿਬ ਜੀ ਹੋਰਾਂ ਦਾ ਜਿੰਨੇ ਵੀ ਮਹਾਂਪੁਰਖ ਸਾਹਿਬਾਨ ਪਹੁੰਚੇ ਸਾਰੇ ਮਹਾਂਪੁਰਖਾਂ ਦਾ ਦਿਲ ਦੀਆਂ ਲਹਿਰਾਂ ਚੋਂ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਉਚੇਚੇ ਤੌਰ ਤੇ ਸੰਤ ਬਾਬਾ ਮੇਜਰ ਸਿੰਘ ਜੀ ਰੇਲੂ ਸਾਹਿਬ ਤੋਂ ਪਹੁੰਚੇ ਕਿਉਂਕਿ ਸੰਤ ਬਾਬਾ ਅਮਰਿੰਦਰ ਸਿੰਘ ਜੀ ਲੰਗਰ ਸਾਹਿਬ ਹਜ਼ੂਰ ਸਾਹਿਬ ਵਾਲੇ ਮਹਾਂਪੁਰਖਾਂ ਵੱਲੋਂ ਹੁਕਮ ਲਾਇਆ ਗਿਆ ਸੀ ਤੇ ਮਹਾਂਪੁਰਖਾਂ ਦੇ ਹੁਕਮ ਤੇ ਫੁੱਲ ਚੜਾਉਂਦੇ ਹੋਇਆ ਮਹਾਂਪੁਰਖ ਉਹਨਾਂ ਦੀ ਹਾਜ਼ਰੀ ਲਵਾਉਣ ਵਾਸਤੇ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਆ ਸੋ ਮੈਂ ਬੇਨਤੀ ਕਰਾਂਗਾ